ਬੇਨਤੀ ਆ ਵੀ ਬਾਬਾ ਬਸਾਊ ਕਬੱਡੀ ਕਲੱਬ ਥਾਬਲ ਕੇ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜਾ ਵੀ ਮੈਂ ਵੇਖਦਾ ਵੀ ਇਸ ਵੇਲੇ ਨਵ ਦੀ ਟੀਮ ਆ ਗਈ ਹੈ ਬਾਬਾ ਬਸਾਊ ਕਬੱਡੀ ਕਲੱਬ ਥਾਬਲ ਕੇ ਪਿੰਡ ਚਾਚਾ ਸਾਡਾ ਵੀਰ ਤਿਆਰ ਕਰਕੇ ਲੈ ਕੇ ਆਇਆ ਟੀਮ ਇੱਕ ਪਾਸੇ ਬਾਬਾ ਬਸਾਊ ਕਬੱਡੀ ਕਲੱਬ ਥਾਬਲਕੇ ਦੀ ਟੀਮ ਹੈ ਤੇ ਦੂਜੇ ਪਾਸੇ ਧੰਤਰ ਬਾਬਾ ਕਾਹਨਦਾਸ ਕਬੱਡੀ ਕਲੱਬ ਕਾਲੇ ਸੰਘਿਆਂ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਪਹੁੰਚ ਗਈ ਹੈ ਬਹੁਤ ਹੀ ਸ਼ਾਨਦਾਰ ਫਿਰ ਮੁਕਾਬਲਾ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਵੇਖਣ ਨੂੰ ਮਿਲੇਗਾ ਮਾਲਵਾ ਟੀਵੀ ਵੀ ਕਹਿੰਦੇ ਵੀ ਪੂਰਾ ਲਾਈਵ ਦਿਖਾਇਆ ਜਾ ਰਿਹਾ ਤੇ ਇੱਧਰ ਕਹਿੰਦੇ ਵੀ ਸੋਨੂੰ ਸੰਜਲ ਡੱਬੀ ਮਨੀ ਜੌਲ ਤਲਵਣੀਆਂ ਇਹ ਵੀ ਪੁੱਜ ਗਿਆ ਆਪਣੀ ਟੀਮ ਦੇ ਨਾਲ ਖੇਡ ਮੇਲਿਆਂ ਦੇ ਵਿੱਚ ਕਹਿੰਦੇ ਬਿਹਤਰੀਨ ਪ੍ਰਦਰਸ਼ਨ ਪਿਛਲੇ ਸਾਲ ਚਾਹੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਗੱਲ ਕਰੀਏ ਚਾਹੇ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਕਹਿੰਦੇ ਉਹਦੇ ਟਿੱਬੇ ਦਾ ਬੰਟੀ ਵੀ ਪੁੱਜਾ ਹੋਇਆ ਅੱਜ ਦੀ ਤਰੀਕ ਦਾ ਕਹਿੰਦੇ ਉਹ ਸਭ ਤੋਂ ਬਿਹਤਰੀਨ ਧਾਵੀ ਹੈ ਛਪਾਰ ਦਾ ਮੇਲਾ ਕਹਿੰਦੇ ਵੀ ਪਿਛਲੇ ਦਿਨ ਹੋਇਆ ਮੋਟਰਸਾਈਕਲ ਦਾ ਜੇਤੂ ਬਣਿਆ ਤੇ ਰਮਿਤੇ ਪਹਿਲਾ ਕਹਿੰਦੇ ਵੀ ਜੋ ਨਾਮ ਬਲ ਪਰਿਵਾਰ ਦਾ ਕਹਿੰਦੇ ਵੀ ਬਿਹਤਰੀਨ ਖਿਡਾਰੀ 13 ਤਰੀਕ ਨੂੰ ਇਸ ਗੱਭਰੂ ਨੇ ਵੀ ਮੋਟਰਸਾਈਕਲ ਜਿੱਤ ਕੇ ਕਹਿੰਦੇ ਵੀ ਬੱਲੇ ਬੱਲੇ ਕਰਾਈ ਹੈ ਸੋਨੂੰ ਹੰਗਲ ਢਿੱਡਾ ਵਾਲਾ ਕਾਂਤਾ ਪਾਸਲੇ ਵਾਲਾ ਤੇ ਸਾਰੇ ਇਹ ਵੀਰ ਜਿਹੜੇ ਥਾਬੇ ਦੀ ਟੀਮ ਦੇ ਲਈ ਖੇਡਣ ਦੇ ਲਈ ਗਰਾਊਂਡ ਦੇ ਵਿੱਚ ਪੁੱਜੇ ਹੈ ਉਧਰ ਆਪਾਂ ਧੰਨਵਾਦ ਕਰਦੇ ਹਾਂ ਸਰਦਾਰ ਬਲਹਾਰ ਸਿੰਘ ਜੀ ਬਾਲਾ ਪ੍ਰਧਾਨ ਬਾਬਾ ਬਸਾਊ ਵੈਲਫੇਅਰ ਸੋਸਾਇਟੀ ਫਰਵਾਲਾ ਤੇ ਨਾਲ ਹੀ ਸਾਡੇ ਵਾਈਸ ਪ੍ਰਧਾਨ ਬਲਜਿੰਦਰ ਸਾਹਿਬੀ ਜਿਹੜੇ ਮੰਗ ਬਰਾਮ ਜੀ ਰਕੇਸ਼ ਬੋਬੀ ਜੀ ਅਮਰੀਕ ਸਿੰਘ ਜੀ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਧੰਨਵਾਦ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਨਦੀਪ ਸਿੰਘ ਜੀ ਫਰਵਾਲਾ ਸੋ ਬਹੁਤ ਬਹੁਤ ਧੰਨਵਾਦ ਹਾਂਜੀ ਪਾਣੀ ਵਾਲੇ ਕਾਲਾ ਜੀ ਪਾਣੀ ਲੈ ਕੇ ਆਉਣਗੇ ਬਹੁਤ ਬਹੁਤ ਧੰਨਵਾਦ ਹੈ ਸੋ ਬਹੁਤ ਹੀ ਸ਼ਾਨਦਾਰ ਇਸ ਵੇਲੇ ਜਿਹੜਾ ਮੁਕਾਬਲਾ ਲਓ ਢੋਲੂ ਇਸ ਵੇਲੇ ਕਹਿੰਦੇ ਪਹਿਲੀ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਵਰ ਤਿਆਰ ਹੈ ਤੇ ਉਧਰ ਦੇ ਪਾਸੇ ਮੈਂ ਵੇਖਦਾ ਵੀ 4 ਜਾਤੀ ਹੈ 70 ਕਿਲੋ ਭਾਰ ਦਾ ਜਿਹੜਾ ਮੁਕਾਬਲਾ ਹੋਇਆ ਫਸਟ ਤੇ ਸੈਕਿੰਡ ਜਿਹੜੇ ਆਪਣਾ ਪ੍ਰਾਈਜ਼ ਪ੍ਰਾਪਤ ਕਰ ਲੈਣ ਪਲੇਅਰ ਆ ਕੇ 75 ਕਿਲੋ ਭਾਰ ਦਾ ਫਾਈਨਲ ਮੁਕਾਬਲਾ ਸਪੋਰਟਸ ਕਲੱਬ ਫਰਵਾਲਾ ਤੇ ਥਾਬਲਕੇ ਜਿਹਦੇ ਵਿੱਚ ਥਾਬਲਕੇ ਫਸਟ ਤੇ ਸਪੋਰਟਸ ਕਲੱਬ ਫਰਵਾਲਾ ਸੈਕਿੰਡ ਉਹ ਦੋਨੇ ਆਪਣਾ ਪ੍ਰਾਈਜ਼ ਪ੍ਰਾਪਤ ਕਰ ਲੈਣ ਲਓ ਸਾਹਮਣੇ ਮੈਂ ਵੇਖਦਾ ਵੀ ਦੂਸਰਾ ਮੁਕਾਬਲਾ ਜਿਹੜਾ ਹੈ ਆਲ ਓਪਨ ਕਲੱਬਾਂ ਦਾ ਸ਼ੁਰੂ ਹੋ ਗਿਆ ਤੇ ਪਹਿਲੀ ਕਬੱਡੀ ਪਾਉਣ ਦੇ ਲਈ ਇਹ ਢੋਲੂ ਹੈ ਇਸ ਵੇਲੇ ਕਾਲੀ ਸੰਘਿਆਂ ਦੀ ਧਰਤੀ ਦਾ ਤੇ ਆਹ ਮੁੰਡਾ ਕਹਿੰਦੇ ਵੀ ਇਹ ਹੈ ਥਾਬਲਕੇ ਵਾਲਾ ਲੱਗੀ ਪਹਿਲਾਂ ਕਹਿੰਦੇ ਵੀ ਸਤਵੀਰ ਥਾਬਲਕੇ ਵਾਲੇ ਨੇ ਕਬੱਡੀਆਂ ਪਾਈਆਂ ਛੋਟਾ ਵੀਰ ਤੇ ਹੁਣ ਵੱਡਾ ਵੀਰ ਖੇਡ ਮੈਦਾਨ ਦੇ ਵਿੱਚ ਜੱਫੇ ਲਾਉਣ ਦਾ ਯਤਨ ਕਰ ਰਿਹਾ ਹੈ ਲਓ ਸੰਘਿਆਂ ਦੇ ਕੋਲ ਇਸ ਵੇਲੇ ਢੋਲੂ ਆਪਣੀ ਟੀਮ ਦੇ ਲਈ ਨੰਬਰ ਜੋੜਦਾ ਹੋਇਆ ਮਾਸਟਰ ਜੀ ਥਾਬਲਕੇ ਵਾਲੇ ਫਸਟ ਟਾਈਮ ਮੈਚ ਖੇਡਣ ਤੋਂ ਬਾਅਦ ਲੈਣਗੇ ਕਿਉਂਕਿ ਕੁਝ ਖਿਡਾਰੀ ਜਿਹੜੇ ਥਾਬਲਕੇ ਦੀ ਟੀਮ ਦੇ ਖੇਡ ਰਹੇ ਹੋ ਇਸ ਵੇਲੇ ਇਸ ਮੈਚ ਤੋਂ ਬਾਅਦ ਲਾਓ ਸਾਹਮਣੇ ਇਹ ਲੱਗੀ ਨਸਰਾਲੇ ਵਾਲਾ
ਮੁੰਡਾ ਕਨੇਡਾ ਖੇਡਿਆ ਕਹਿੰਦੇ ਵੀ ਪੂਰੀ ਬੱਲੇ ਬੱਲੇ ਕਰਾਈ ਖਬਰੂ ਨੇ ਲਓ ਸਾਹਮਣੇ ਹਲਕਾ ਜਿਹਾ ਟੱਚ ਕਰਕੇ ਐਨ ਡਰਾਮੇ ਦੇ ਨਾਲ ਕਹਿੰਦੇ ਵੀ ਖੇਡ ਮੈਦਾਨ ਦੇ ਵਿੱਚ ਇਹ ਬੱਲੇ ਬੱਲੇ ਕਰਾਉਂਦਾ ਹੋਇਆ ਨੌਜਵਾਨ ਕਹਿੰਦੇ ਵੀ ਬਾਟੀ ਤੇ ਲੱਕੀ ਜਦੋਂ ਕਹਿੰਦੇ ਵੀ ਕਬੱਡੀ ਖੇਡਣੀ ਸ਼ੁਰੂ ਕੀਤੀ ਤਾਂ ਜੋੜੀ ਜਿਹੜੀ ਪ੍ਰਸਿੱਧ ਰੱਖੀ ਹੈ ਤੇ ਲੱਕੀ ਨੇ ਕਹਿੰਦੇ ਵੀ ਬੱਲੇ ਬੱਲੇ ਕਰਾ ਦਿੱਤੀ ਖੇਡ ਮੈਦਾਨਾਂ ਦੇ ਵਿੱਚ ਇਸ ਵੇਲੇ ਮੈਂ ਲਿਖਦਾ ਉਧਰ ਬੋਲਿਆ ਹੋਇਆ ਭਾਵਾਂ ਨੌਜਵਾਨ ਨੇ ਸਾਹਮਣੇ ਚਾਰ ਖਿਡਾਰੀ ਹੈ ਤੇ ਚਾਰਾਂ ਦੇ ਵਿੱਚ ਹੁਣ ਪਹਿਲਾ ਯਤਨ ਕਰੂਗਾ ਲਓ ਆਇਆ ਗੱਭਰੂ ਜਾਲ ਰਮੇਦੀ ਪਿੰਡ ਹੈ ਸਰਵਣ ਬੱਲ ਦਾ ਬੋਡੀ ਪਰ ਕਾਮਯਾਬ ਨਹੀਂ ਹੋਇਆ ਪੁਆਇੰਟ ਉਸ ਵੇਲੇ ਖੇਡ ਮੈਦਾਨ ਦੇ ਵਿੱਚ ਕਾਲੀ ਸਿੰਘਾਂ ਦੀ ਟੀਮ ਦੇ ਲਈ ਲਓ ਜੀ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਸੰਦੀਪ ਬਲਾਡੀਆ ਬਨਾਰਾ ਮੰਦਕੀ ਵਾਲਾ ਤੇ ਵੀਜੇ ਪਾਸੇ ਸੋਨੂ ਹੈ ਹੰਗਲ ਟੱਡੇ ਬਣਦਾ ਜਦੋਂ ਬੱਲਾਂ ਵਾਲੇ ਦੀਪੇ ਦੇ ਨਾਲ ਬਿਹਤਰੀਨ ਕਬੱਡੀ ਖੇਡਦਾ ਨੌਜਵਾਨ ਮੰਨਾ ਕਹਿੰਦੇ ਵੀ ਬੱਲੇ ਬੱਲੇ ਕਰਾਉਂਦਾ ਪੈਦਾ ਵੀ ਗਰਾਉਂਡਾਂ ਦੇ ਵਿੱਚ ਪਰ ਲਓ ਇਹਦੇ ਪਾਸੇ ਰਹਿਣਾ ਅਗਲੀ ਕਬੱਡੀ ਪਾਉਣ ਦੇ ਲਈ ਕਾਲੇ ਸੰਘਿਆ ਦੀ ਟੀਮ ਵੱਲੋਂ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਚਾਰ ਜਾਫੀ ਜਿਹੜੇ ਹੈ ਪੰਮਾ ਉਹ ਹੈ ਕਾਂਤਾ ਮੇਰੇ ਵੀਰੋ ਪਾਸਲੇ ਦੀ ਧਰਤੀ ਦਾ ਜਿੱਥੇ 28 ਤਰੀਕ ਨੂੰ ਕਹਿੰਦੇ ਵੀ ਪਿੰਡ ਪੱਧਰ ਤੋਂ ਤਕੜੇ ਮੁਕਾਬਲੇ ਕਰਵਾਏ ਜਾ ਰਹੇ ਹੈ ਲਓ ਕਾਂਤਾ ਪਾਸਲੇ ਵਾਲਾ ਬਹੁਤ ਹੀ ਸ਼ਾਨਦਾਰ ਜਫਾ ਲਾ ਕੇ ਇੱਕ ਨੰਬਰ ਦਾ ਵਾਧਾ ਕਰਦਾ ਹੋਇਆ 28 ਤੇ 29 ਤਰੀਕਾਂ ਜਿਹੜੀਆਂ ਕਹਿੰਦੇ ਵੀ ਕਿਹੜੀ ਮਹਾਂਸਿੰਘ ਦੇ ਕਬੱਡੀ ਕੱਪ ਦੀਆਂ ਤਰੀਕਾਂ ਜਿੱਥੇ ਬੈਸਟ ਰੇਡਰ ਤੇ ਬੈਠੀ ਜਾਫੀ ਨੂੰ ਮੋਟਰਸਾਈਕਲ ਇੱਧਰ ਆਵਾ ਇੱਧਰ ਆਵਾ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਾ ਖਿਤਾਬ ਦਿੱਤਾ ਜਾਵੇਗਾ 71,000 ਸੱਦਾ ਪੱਤਰ ਤੇ 29 ਤਰੀਕ ਨੂੰ ਵੱਡਾ ਸਿੰਘ ਮੇਲਾ ਕਰਵਾਇਆ ਜਾਵੇਗਾ ਲਓ ਬਣੀ ਜੋਰ ਤਲਵਣ ਦੀ ਧਰਤੀ ਦਾ ਬੂਟੋ ਤਲਵਣ ਦਾ ਪੇਂਡੂ ਮੇਰੇ ਵੀਰੋ ਬੱਗੇ ਬਾਸੀ ਦਾ ਪੇਂਡੂ ਐਸ ਵੇਲੇ ਕਬੱਡੀ ਪਾਉਂਦਾ ਹੋਇਆ ਕੋਈ ਆ ਪੁਆਇੰਟ ਜਿਹੜਾ ਹਾਂਜੀ ਬਾਬਰੀ ਸਾਹਿਬ ਪੁਆਇੰਟ ਆ ਚੀਮਾ ਜੀ ਪੁਆਇੰਟ ਪੁਆਇੰਟ ਜਾਫੀ ਦਾ ਲਓ ਸਾਹਮਣੇ ਜੋਲ ਵਾਹ ਨਹੀਂ ਅਰੀ ਸਿੰਘ ਗੱਭਰੂ ਦੀ ਆ ਕਿਆ ਬਾਤ ਹੈ ਐਨ ਡੀ ਦੇ ਉੱਤੇ ਕਹਿੰਦੇ ਵੀ ਬਹੁਤ ਤਕੜਾ ਮੁਕਾਬਲਾ ਹੈ ਤੇ ਆਹ ਨੰਬਰ ਜਿਹੜਾ ਇਸ ਵੇਲੇ ਜੋਲ ਰਮੀਤੀ ਵਾਲਾ ਕਹਿੰਦੇ ਵੀ ਮੁੰਡਾ ਕੈਨੇਡਾ ਖੇਡਿਆ ਅਮਰਜੀਤ ਜੀ ਦੇ ਲਈ ਯੂਥ ਕਬੱਡੀ ਕਲੱਬ ਦੇ ਲਈ ਕਹਿੰਦੇ ਤਕੜੇ ਜਫੇ ਲਾਏ ਨੌਜਵਾਨ ਨੇ ਪਰ ਆਪਾਂ ਇਸ ਵੇਲੇ ਵੇਖਦੇ ਵੀ ਇਹਦੇ ਪਾਸੇ ਲਾਓ ਸਤਵੀਰ ਥਾਬਲਕੇ ਵਾਲਾ ਅਗਲੀ ਕਬੱਡੀ ਪਾਉਣ ਦੇ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਜਾਫੀ ਆ ਕਾਲੇ ਸੰਘਿਆਂ ਦੀ ਧਰਤੀ ਦੀ ਜਿੱਥੋਂ ਦਾ ਮਹਿੰਦਰ ਮਾਂ ਜਿੱਥੋਂ ਦਾ ਜਸਵੀਰ ਘੁੱਗੀ ਕਹਿੰਦੇ ਬੜਾ ਤਕੜਾ ਖਿਡਾਰੀ ਹੈ ਪਰ ਆਹ ਉੱਥੇ ਸਾਹਮਣੇ ਸਤਵੀਰ ਥਾਬਲਕੇ ਵਾਲਾ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਵਾਧਾ ਕਰਦਾ ਹੋਇਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਚਾਲੋ ਨੌਜਵਾਨਾਂ ਪਾ ਕਬੱਡੀ ਲਓ ਕਹਿੰਦੇ ਵੀ ਢੋਲੂ ਫਿਰ ਚੱਲਿਆ ਕਬੱਡੀ ਪਾਉਣ ਦੇ ਲਈ ਕਦ ਮਤਲਬ ਹੈ ਨੌਜਵਾਨ ਦਾ ਪਰ ਕਹਿੰਦੇ ਵੀ ਕਬੱਡੀ ਦਾ ਬਿਹਤਰੀਨ ਖਿਡਾਰੀ ਆ ਜਿਵੇਂ ਕਹਿੰਦੇ ਬਈ ਭੈਣੀ ਵਾਲਾ ਸੁੱਖਾ ਮਧਰਾ ਕੱਦ ਪਰ ਕਬੱਡੀ ਦਾ ਬੜਾ ਛੋਲਾ ਖਿਡਾਰੀ ਹੈ ਤੇਜ਼ ਖਿਡਾਰੀ ਸੀ ਪਰ ਇਧਰ ਲਾਓ ਢੋਲੂ ਦੂਜੇ ਪਾਸੇ ਪੰਮਾ ਐਨ ਕਹਿੰਦੇ ਬਈ ਮੁਕਾਬਲਾ ਸਖਤ ਹੈ ਬਾਹਾਂ ਮਰਸੀ ਦੇ ਬਾਈਪਰ ਵੱਲ ਚੱਲਦੀਆਂ ਹੋਈਆਂ ਲਾਓ ਕੈਂਚੀ ਲੱਗਦੀ ਹੋਈ ਐਨ ਡੀ ਦੇ ਲਗਭਗ ਉੱਪਰ ਮੁਕਾਬਲਾ ਉਸ ਵੇਲੇ ਕਿ ਛੱਡ ਦੇ ਛੋਟੇ ਵੀਰਿਆ ਕਰਨੀ ਰੀਸ ਸ਼ਰਾਬੀਆਂ ਦੀ ਆ ਵੇਖ ਪੈਣ ਪਟਾਕੇ ਦੀ ਕੌਡੀ ਖੇਡ ਪੰਜਾਬੀਆਂ ਦੀ ਪੁਆਇੰਟ ਉਸ ਵੇਲੇ ਪੰਮਾ ਆਪਣੀ ਟੀਮ ਜਿਹੜੀ ਜੋੜਦਾ ਹੋਇਆ ਥਾਬਲਕੇ ਦੇ ਵਾਸਤੇ ਇੱਕ ਨੰਬਰ ਦਾ ਹੋਰ ਵਾਧਾ ਕਰ ਦਿੱਤਾ ਚੱਲ ਬਈ ਲੱਕੀ ਸਿਆ ਪਾ ਕਬੱਡੀ ਕਦੇ ਲੱਕੀ ਕੁਰਾਲੀ ਦੀ ਗੱਲ ਹੋਈ ਕਿ ਖੇਡ ਮੈਦਾਨਾਂ ਦੇ ਵਿੱਚ ਕਹਿੰਦੇ ਕਿਤੇ ਆਜ਼ਾਦ ਕਬੱਡੀ ਕਲੱਬ ਦੇ ਲਈ ਬਹੁਤ ਤਕੜਾ ਪ੍ਰਦਰਸ਼ਨ ਹੈ ਤੇ ਆਹ ਨੌਜਵਾਨ ਲੱਕੀ ਇਸ ਵੇਲੇ ਨਸਰਾਲਾ ਪਿੰਡ ਲਓ ਨਸਰਾਲੇ ਵਾਲਾ ਵੱਧੋ ਹੋਇਆ ਕਬੱਡੀ ਪਾਉਣ ਦੇ ਲਈ ਉਧਰਲੇ ਪਾਸੇ 2 ਨੰਬਰ ਤੋਂ ਸੰਦੀਪ ਤਿਆਰ ਦੇ ਨਾਲ ਬਰਾਤੀਆ ਕਹਿੰਦੇ ਆ ਬਰਾੜਾ ਮੰਡਕੀ ਦੀ ਧਰਤੀ ਦਾ ਲਓ ਸਾਹਮਣੇ ਵਾਹ ਕਿ ਪਿੱਛੇ ਪਿੱਛੇ ਆਉਂਦਾ ਨਹੀਂ ਤੇਰ ਵੇਂਦਾ ਆਈਦੇ ਤਾਂ ਪੁਆਇੰਟ ਜਿਹੜਾ ਫਿਰ ਬਾਬਾ ਬਸਾਊ ਕਬੱਡੀ ਕਲੱਬ ਥਾਬਲਕੇ ਦੀ ਟੀਮ ਦੇ ਲਈ ਇੱਕ ਨੰਬਰ ਦਾ ਹੋਰ ਵਾਧਾ ਕਰਦਾ ਹੋਇਆ ਚੱਲ ਵੇ ਗੱਭਰੂ ਪਾ ਕਬੱਡੀ ਤੇ ਚੁੰਗੇ ਗੋਟੇ ਨੇ ਮੱਝਾਂ ਬੋਰੀਆਂ ਦੇ ਗੱਭਰੂ ਆਉਂਦੇ ਜੋ ਵਿੱਚ ਮੈਦਾਨ ਮਿੱਤੋ ਧਰਤੀ
ਧਰਤੀ ਹਿਲਦੀ ਜਦੋਂ ਇਹ ਕਦਮ ਪੁੱਟਦੇ ਸਾਨੂੰ ਇਹਨਾਂ ਦੇ ਹੋਇਆ ਹੈ ਮਾਨ ਮਿੱਤਰ ਉਹ ਸਟੇਜ ਤੇ ਆਈ ਉਹਨੇ ਬੋਲਦੀ ਲਓ ਸੋਨੂੰ ਫਿਰ ਚੱਲਿਆ ਕਬੱਡੀ ਕਾਉਣ ਦੇ ਲਈ ਹੁਣ ਦੇ ਢੜਿਆ ਦੀ ਧਰਤੀ ਦਾ ਹੈ ਪਰ ਕਹਿੰਦੇ ਵੀ ਬੱਲਾ ਵੱਲੋਂ ਖੇਡਦਾ ਖੇਡਦਾ ਇਹ ਬੱਲਾ ਵਾਲਾ ਸੋਨੂੰ ਬਣ ਗਿਆ ਹੈ ਲਓ ਇੰਗਲੈਂਡ ਦੀ ਧਰਤੀ ਤੇ ਖੇਡਰ ਮਾਨ ਵੱਲੋਂ ਤਗੜਾ ਖੇਡਿਆ ਪੂਰੀ ਬੱਲੇ ਬੱਲੇ ਕਰਾਈ ਹੈ ਤੇ ਅੱਜ ਦੇਖੋ ਸਾਹਮਣੇ ਪਾਉਂਦਾ ਹੋਇਆ ਕਬੱਡੀ ਆਓ ਸਾਹਮਣੇ ਮੁਕਾਬਲਾ ਜਿਹੜਾ ਹੈ ਇਸ ਵੇਲੇ ਬਿਹਤਰੀਨ ਤੇ ਪੁਆਇੰਟ ਜਿਹੜਾ ਮੈਂ ਵੇਖਦਾ ਵੀ ਖੇਡ ਮੈਦਾਨ ਦੇ ਵਿੱਚ ਸੋਨੂੰ ਹੁੰਦੇ ਢਿੱਡਾ ਵਾਲੇ ਬੱਲੇ ਲਓ ਰਾਣਾ ਅਗਲੀ ਕਬੱਡੀ ਪਾਉਣ ਦੇ ਲਈ ਸਾਹਮਣੇ ਮੈਂ ਵੇਖਦਾ ਵੀ ਵਾਹਿਗੁਰੂ ਦੀ ਹੁਣ ਜਾਫ ਲੈਣ ਦੇ ਵਿੱਚ ਬਿਹਤਰੀਨ ਖਿਡਾਰੀ ਹੈ ਕਬੱਡੀ ਦਾ ਸਟਾਰ ਜਾਫੀ ਹੈ ਤੇ ਇਧਰਲੇ ਪਾਸੇ ਕਾਂਤਾ ਵਾਹਿਗੁਰੂ ਚੌੜ ਲਓ ਉਹ ਹੈ ਲੱਗੀ ਥਾਬਲਕੇ ਵਾਹ ਕਦੀ ਥੱਲੇ ਕਦੀ ਉੱਪਰ ਲਗਭਗ ਬੀਰੋ ਤੇ ਫਿਰ ਲੱਗਾ ਹੋਇਆ ਵਾਹ ਤੇ ਕਾਮਯਾਬੀ ਜਿਹੜੀ ਉਸ ਵੇਲੇ ਲੱਗੀ ਥਾਬਲਕੇ ਦੇ ਕਦਮ ਜਮਦੇ ਹੋਈ ਕਿ ਮਿੱਟੀ ਤੇਰੇ ਕਦਮਾਂ ਦੀ ਮੈਂ ਚੁੱਕ ਮੱਥੇ ਨੂੰ ਲਾਵਾਂ ਵੀ ਕਰਦਾ ਤੈਨੂੰ ਕਬੱਡੀ ਖੇਡਦੇ ਨੂੰ ਦੇਖਣ ਗਰਾਊਂਡ ਵਿੱਚ ਜਮ 22 ਤਰੀਕ ਨੂੰ ਕਹਿੰਦੇ ਹੋਈ ਅੱਟੀ ਦੀ ਧਰਤੀ ਤੇ ਵੱਡਾ ਸ਼ੁੱਧ ਮੇਲਾ ਕਰਵਾਇਆ ਜਾ ਰਿਹਾ ਹੈ 27 ਤਰੀਕ ਜਿਹੜੀ ਆ ਮਾਲ ਸਾਹਿਬ ਦੇ ਕਹਿੰਦੇ ਹੋਈ ਟਰੈਕਟਰ ਤਵੀਆਂ ਦੇ ਖੇਡ ਮੇਲੇ ਦੀ ਤਰੀਕ ਆ ਫਿਰ 28 ਅਤੇ 29 ਤਰੀਕਾਂ ਜਿਹੜੀ ਆ ਉਹ ਗੜੀ ਮਹਾਂ ਸਿੰਘ ਕਬੱਡੀ ਦੇ ਖੇਡ ਮੇਲੇ ਦੇ ਛਿੰਝ ਮੇਲੇ ਦੀ ਗੱਲ ਹੋਵੇਗੀ ਜਿੱਥੇ ਹਿੰਦੁਸਤਾਨ ਦੇ ਨਾਮੀ ਮੱਲ ਪੁੱਜਣਗੇ ਲਓ ਉਹਦੇ ਪਾਸੇ ਮੈਂ ਵੇਖਦਾ ਵੀ ਮਨੀ ਜੋਰ ਦੀ ਪਾਈ ਹੋਈ ਕਬੱਡੀ ਉੱਤੇ ਬਹੁਤ ਹੀ ਵਧੀਆ ਜਫਾ ਲੱਗਦਾ ਹੋਇਆ ਨੰਬਰ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਾਲੇ ਸੰਘਿਆਂ ਦੇ ਲਈ ਚੱਲ ਰਹੇ ਗੱਭਰੂਆ ਪਾ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਮੈਂ ਵੇਖਦਾ ਵੀ ਅਗਲੀ ਕਬੱਡੀ ਪਾਉਣ ਦੇ ਗੱਭਰੂ ਵਧਿਆ ਹੋਇਆ ਕਦੇ ਜਸਵੀਰ ਘੁੱਗੀ ਨੇ ਕਦੇ ਚੀਤੇ ਮਾੜ ਨੇ ਕਦੇ ਕਹਿੰਦੇ ਵੀ ਜਵਾਰੇ ਨੇ ਕਦੇ ਬੱਲੀ ਨੇ ਕਦੇ ਕਾਲੂ ਨੇ ਕਦੇ ਕਹਿੰਦੇ ਵੀ ਉੱਡਣੇ ਨੇ ਕਦੇ ਛਿੰਦਰ ਘਾਲੇ ਨੇ ਤੇ ਕਦੇ ਕਹਿੰਦੇ ਵੀ ਕਿੱਧਰਾ ਜੀ ਹਾਂ ਪੁਆਇੰਟ ਜਾਸੀ ਹੋ ਗਿਆ ਭਾਜੀ ਥੋੜ੍ਹਾ ਪਿੱਛੇ ਹੀ ਸੀ ਉਹ ਕਈ ਵਾਰੀ ਮੁੱਕ ਗਿਆ ਬੰਦੇ ਨੇ ਪਾਰ ਨਹੀਂ ਕੀਤਾ ਜੇ ਵੱਜ ਗਿਆ ਤੇ ਲਓ ਸੁਖਵੀਰ ਦੀ ਪਾਈ ਹੋਈ ਕਬੱਡੀ ਵਾਹ ਦੋ ਨੰਬਰ ਤੋਂ ਖੁੱਚ ਕੱਢੀ ਸੀ ਦਵਾਂ ਦੇ ਨੇਕੀ ਵਾਂਗ ਨਹੀਂ ਉਹ ਰਿਸਾ ਕਦੇ ਸੱਜੇ ਖੱਬੇ ਕਰਦਾ ਹੋਇਆ ਨੌਜਵਾਨ ਹੈ ਪਰ ਇਸ ਵੇਲੇ ਮੈਂ ਵੇਖਦਾ ਵੀ ਸੁਖਵੀਰ ਲਓ ਥਾਬਲ ਕੇ ਵਾਲਾ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਹੋਰ ਵਾਅਦਾ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਚੱਲ ਵੀ ਢੋਲੀ ਸਿਆ ਪਾ ਕਬੱਡੀ ਇਸ ਵੇਲੇ ਢੋਲੂ ਅਗਲੀ ਕਬੱਡੀ ਪਾਉਂਦਾ ਹੋਇਆ ਮਾਰਦਾ ਹੋਇਆ ਥਾਪੀਆ ਕਿ ਲੋਹੇ ਵਰਗੇ ਪਿੰਡਿਆਂ ਉੱਤੇ ਖਹਿ ਖਹਿ ਕੇ ਮੁਰਗਾ ਪਗਾਉਂਦੀ ਕਿ ਗੱਭਰੂ ਕਬੱਡੀ ਖੇਡ ਕੇ ਪੂਰਾ ਜੱਗ ਉੱਤੇ ਨਾਮ ਚਮਕਾਉਂਦੀ ਕਿ ਗੱਭਰੂ ਕਬੱਡੀ ਖੇਡ ਕੇ ਪੂਰਾ ਜੱਗ ਉੱਤੇ ਨਾਮ ਚਮਕਾਉਂਦੀ ਬਸ ਲੇਟਰ ਢੋਲ ਕਿਤੇ ਸੁਖਬੀਰ ਲਾਓ ਸਾਹਮਣੇ ਲੱਗੀ ਆ ਨਫਰਾਲੀ ਦੀ ਧਰਤੀ ਦਾ ਫਿਰ ਵਧਿਆ ਹੋਇਆ ਅਗਲੀ ਕਬੱਡੀ ਪਾਉਣ ਦੀ ਖੇਡ ਮੈਦਾਨ ਦੇ ਵਿੱਚ ਹਾਂਜੀ ਸੋਹਣ ਲਾਲ ਜੀ ਸਾਊਂਡ ਸਰਵਿਸ ਬਹੁਤ ਬਹੁਤ ਧੰਨਵਾਦ ਸਾਡੇ ਸੋਹਣ ਲਾਲ ਜੀ ਫਰਵਾਲਾ ਸਾਊਂਡ ਸਰਵਿਸ ਕਮੇਟੀ ਮੈਂਬਰ ਵੀ ਹੈ ਤੇ ਪ੍ਰਬੰਧਕ ਵੀ ਹੈ ਤੇ ਸਾਊਂਡ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਰਿਹਾ ਹੈ ਤੇ ਇਹਦੇ ਲਈ ਪਾਸੇ ਲੱਗੀ ਲਓ ਥਾਬਲਕੇ ਵਾਲਾ ਆਪਣੀ ਟੀਮ ਦੇ ਲਈ ਨੰਬਰ ਜੋੜਦਾ ਹੋਇਆ ਇਹਦੇ ਨਾਲ ਹੀ ਹਾਫ ਟਾਈਮ ਜਿਹੜਾ ਹੋ ਚੁੱਕਾ ਆ ਮਾਸਟਰ ਜੀ ਅਗਲਾ ਜਿਹੜਾ ਮੁਕਾਬਲਾ ਉਹ ਵੀ ਅਨਾਊਂਸ ਕਰੋ ਜੀ ਤੀਸਰਾ ਮੁਕਾਬਲਾ ਲਓ ਜੀ 13 ਨੰਬਰ ਜਿਹੜੇ ਥਾਬਲਕੇ ਦੇ ਹੈ ਤੇ 5.5 ਨੰਬਰ ਜਿਹੜੇ ਹੈ ਉਹ ਕਾਲੇ ਸੰਘਿਆਂ ਦੀ ਟੀਮ ਦੇ ਹੈ
हाँ जी मानकर जी तीसरा मुकाबला, हाँ जी मानकराम जी तीसरा मुकाबला एक बार अनाउंस करो जी। अब आपको 5-7 मिनट रह गए जी आठवीं मैच दे देते हो आज ना टीम में भी ओबे मालवा टीवी वाले जेडे साडे नजदीक आउण 75 किलो वाले नु प्राइज देना जी। हाँ जी वार्डर जी तीसरे मैच दी टीमां दा नाम अनाउंस करो जी तीजे मैच दी। मालवे वाले को फोटो लो भाई आ गया जी आ गया जरा फाइनल मुकाबला होया जो थापड़ के फर्स्ट है अपना फर्स्ट प्राइज प्राप्त कर लेन जी साड़ी वेलफेयर सोसाइटी रजिस्ट्रेशन कमेटी के कोलों अपना पहला प्राइज प्राप्त कर लेन। लाओ सामने अगली कबड्डी बॉल की हमारे लिए तीसरा मुकाबला बोल दिया कि टीम के विचार है जी तीसरा मुकाबला है मास्टर जी तीसरा मुकाबला बोल दिया जी कि टीम के विचार है लाउ सामने फिर मैदान के लगे नौजवान नसराले की धरती का वधिया हुआ कबड्डी पाउण दे लई कहते नसराले की धरती से खेड मेला में बहुत वधिया करवाया जाता है तो आ गवरे भी रूसो बनता है तो इस वे पॉइंट जो खेड मैदान के थाबलके की टीम ने उधर कहते भाई जिस कारण मुठड़ा भी बुझ गया है ऐसे साल आजाद कबड्डी क्लब ने बहुत तगड़ा प्रदर्शन रहा दारे मुठड़िया वाले बलराज संजे वाले कहते जफे आगे बल्ले बल्ले कराई है नाल साडा गोपी वीर आप धन्यवाद कर दो है कहते भी दुनिया में स्टार खड़ा भी चाहे खुशी की गल हो चाहे कहते भी जलालपुर के पाले की गल हो चाहे सिंचे वाली मनजिंदर की गल हो सीजन के बेहतरीन प्रदर्शन उत्तर बगिया का दुला कहते भी बेस्ट ढावी डिकलेयर हुआ यादा सुरग वर्गा बड़ा तगड़ा खेडिया घास बड़ा भी बड़ा तगड़ा खेड आप धन्यवाद कर दो है तो लाओ उधर के पास फिर सोनू हंजल ढोडा वाले भी पाई हुई कबड्डी उधर भैनी बड़ा सुखा भी बजा हुआ आप धन्यवाद कर दो है साडे वीर ने नाल समे कबड्डी हुआ बेहतरीन खिलाड़ी कहते बेहतरीन ढावी हुआ सारे वीर का धन्यवाद सुखे वीर विनती है भाई बहुत बहुत धन्यवाद जिला उतर के तौर पर बुझा भी इधर बाकी लाओ अमर अगली कबड्डी पाउण दे चार या फिर धावा जरा बोलता हुआ गबरू और राजवीर सामने कहते जा फलैन के खड़ा हम देखते हैं भी कि नौजवान दो हाथ करना उस गबरू के नाल उधर कहते भाई कबड्डी 75 किलो के बेस्ट धावी जरा है वह सुखबीर थाबलके वाला है ढोलकी काले संघिया वाला तो बहुत ही आखिरी जरा पिंड सीचे वाल भी धरती का है कि दो भीर कबड्डी खेलते हैं चाहे लक्की थाबलके सुखबीर थाबलके की गल हो चाहे कहते भी पिंड तो वाहेगुरु की गल हो कहते दोनों में धन धन कराई पई है खेल मैदान के इस वे विशेष जरा मान सम्मान दिता जा रहा मालवा टीवी .com तो पूरी दुनिया के खेड मेला दिखाया जा रहा है इधर साडा रामपाल जो कहते भाई रामपाल अगले मैच तू जोर दिखा लें तो फिर गल करा उधर साडा प्रभजोत जहाज नाल सोनी मढाली चले गया कल लेट आया अच्छा
ਵਾਹਿਗੁਰੂ ਘਰ ਦਾ ਕੰਮ ਵੀ ਜ਼ਰੂਰੀ ਹੈ ਕਿ ਚੁੰਗੇ ਟੋਕੇ ਨੇ ਮੱਝਾਂ ਬੂੜੀਆਂ ਦੇ ਗੱਭਰੂ ਉਸਦੇ ਦੇ ਵਿੱਚ ਮੈਦਾਨ ਮਿੱਤਰ ਤੀਸਰਾ ਮੈਚ ਦੇਖੀ ਭਾਜੀ ਕਿਹੜਾ ਕਿਹੜੀਆਂ ਟੀਮਾਂ ਵੱਲ ਖਿਆਲ ਓਪਨ ਯਾਰ ਹਾਂਜੀ ਨਾਨਕ ਸਰ ਅਤੇ ਲਿਤਰਾ ਮੈਂ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਟੀਮਾਂ ਪਹੁੰਚਣਾ ਬਾਬਾ ਨੰਦ ਜੀ ਕਬੱਡੀ ਕਲੱਬ ਨਾਨਕ ਸਰ ਤੇ ਗੁਰੂ ਨਾਨਕ ਕਬੱਡੀ ਕਲੱਬ ਲਿਤਰਾ ਅਕਤੂਬਰ ਜਿਹੜੀ ਹੈ ਕਹਿੰਦੇ ਵੀ ਪ੍ਰਤਾਪਰੇ ਦੀ ਧਰਤੀ ਤੇ ਡੇਰਾ ਬਾਬਾ ਸੈਨ ਭਗਤ ਜੀ ਦੇ ਪਵਿੱਤਰ ਦਿਹਾੜੇ ਤੇ ਕਹਿੰਦੇ ਵੀ ਪ੍ਰਤਾਪਰੇ ਦੀ ਧਰਤੀ ਤੇ ਵੱਡਾ ਖੇਡ ਮੇਲਾ ਹੋਵੇਗਾ ਅੱਠ ਜਿੱਥੇ ਚੋਟੀ ਦੀਆਂ ਸੱਦੀਆਂ ਹੋਈਆਂ ਟੀਮਾਂ ਹੈ ਉਹ ਭਾਗ ਲੈਣਗੀਆਂ 28 ਸਤੰਬਰ ਜਿਹੜੀ ਹੈ ਗੜੀ ਮਹਾਂਸੰਘ ਦੇ ਕਬੱਡੀ ਕੱਪ ਦੀ ਤਰੀਕ ਹੈ ਪਿਆਰ ਭਰੇ ਸੱਦੇ ਪੱਤਰ ਅਤੇ 29 ਤਰੀਕ ਨੂੰ ਕਹਿੰਦੇ ਵੀ ਛਿੰਝ ਮੇਲਾ ਜਿਹੜਾ ਹੋਵੇਗਾ ਮੈਂ ਬੇਨਤੀ ਕਰਦਾ ਵੀ ਬਾਬਾ ਨਾਨਕ ਸਿੰਘ ਦੀ ਕਬੱਡੀ ਕਲੱਬ ਨਾਨਕ ਸਰ ਅਤੇ ਦੂਜੇ ਪਾਸੇ ਗੁਰੂ ਨਾਨਕ ਕਬੱਡੀ ਕਲੱਬ ਲੁੱਤਰਾ ਹਾਂਜੀ ਬਾਬਾ ਨੰਦ ਸਿੰਘ ਕਬੱਡੀ ਕਲੱਬ ਨਾਨਕ ਸਰ ਕਲੂਰਾ ਨਾਲ ਹੀ ਮੈਂ ਬੇਨਤੀ ਕਰਦਾ ਗੁਰੂ ਨਾਨਕ ਕਬੱਡੀ ਕਲੱਬ ਲੁੱਤਰਾ ਇੱਕ ਮਿੰਟ ਦਾ ਸਮਾਂ ਹੈ ਜਲਦੀ ਤੋਂ ਜਲਦੀ ਇਹ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆਉਣ ਨਾਨਕ ਸਰ ਕਲੂਰਾ ਵਰਸਦ ਗੁਰੂ ਨਾਨਕ ਕਬੱਡੀ ਕਲੱਬ ਲੁੱਤਰਾ ਸਾਡੇ ਕ੍ਰਿਕਟਰ ਔਗੜ ਜੀ ਅਤੇ ਰਾਜਾ ਢੁੱਡੀ ਜੀ ਮੈਂ ਬੇਨਤੀ ਕਰਦਾ ਇਹਨਾਂ ਨੂੰ ਜਲਦੀ ਤੋਂ ਜਲਦੀ ਆਪਣੀ ਟੀਮ ਨੂੰ ਲਾ ਕੇ ਗਰਾਊਂਡ ਦੇ ਵਿੱਚ ਆਉਣ ਤੇ ਹਨੀ ਲੁੱਤਰਾ ਵਾਲਾ ਸਾਡਾ ਵੀਰ ਉਹ ਵੀ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆਪਣੀ ਟੀਮ ਲੈ ਕੇ ਪੁੱਜੋ ਬਹੁਤ ਬਹੁਤ ਧੰਨਵਾਦ ਤੇ ਇੱਧਰ ਲਾਓ ਸਾਹਮਣੇ ਫਿਰ ਅਗਲੀ ਕਬੱਡੀ ਪਾਉਣ ਲਈ ਸੁਖਵੀਰ ਸਿੰਘ ਤੇ ਥਾਬਲਕੇ ਦੀ ਧਰਤੀ ਦਾ ਬੂਟੇ ਜਵਾਲ ਦਾ ਪਿੰਡੀ ਇਸ ਵੇਲੇ ਕਬੱਡੀ ਪਾਉਣ ਲਈ ਸਾਡਾ ਹੋਇਆ ਵਾਹ ਨਹੀਂ ਹੋਈ ਸਾਰਾ ਜਵਾਨ ਦੀ ਕਿ ਬੱਗੀ ਤਿੱਤਰੀ ਕਮਾਦੋ ਨਿਕਲੀ ਉੱਡਦੀ ਨੂੰ ਆਵਾਜ਼ ਪੈ ਗਏ ਲਾਓ ਹੰਦੋ ਦੂਰ ਕਰਨ ਦਾ ਯਤਨ ਪਰ ਕਾਮਯਾਬੀ ਕਦੇ ਵੀ ਸੁਖਵੀਰ ਦੀ ਕਦਮ ਚੁੰਮਦੀ ਹੋਈ ਸੁਖਵੀਰ ਸਿੰਘ ਥਾਬਲਕੇ ਥਾਬਲਕੇ ਦੀ ਟੀਮ ਦੇ ਲਈ ਜੋੜਦਾ ਹੋਇਆ ਨੰਬਰ ਮੈਂ ਜਿਹੜਾ ਖਤਮ ਹੋ ਗਿਆ ਅੱਛਾ ਹੋਇਆ ਲਓ ਢੋਲੂ ਸਾਹਮਣੇ ਫਿਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵੰਗਾ ਹੋਇਆ ਬੇਨਤੀ ਕਰਦੇ ਹਾਂ ਵੀ ਗੁਰੂ ਨਾਨਕ ਕਬੱਡੀ ਕਲੱਬ ਲੁੱਤਰਾ ਅਤੇ ਬਾਬਾ ਨੰਦ ਸਿੰਘ ਕਬੱਡੀ ਕਲੱਬ ਨਾਨਕ ਸਰ ਕਲੂਰਾ ਇਸ ਮੁਕਾਬਲੇ ਦੇ ਵਿੱਚ ਬਾਬਾ ਬਸਾਈ ਕਬੱਡੀ ਕਲੱਬ ਥਾਬਲਕੇ ਦੀ ਟੀਮ ਜੇਤੂ ਹੈ ਜੀ ਸੁਣ ਲਾਲ ਜੀ ਪਾਣੀ ਪੂਣੀ ਪੀ ਲਓ ਜੀ ਅਜੇ ਤਾਂ ਖਤ
ਹਾਂਜੀ ਬਾਬੂ ਅਮਨ ਜੋਸ਼ੀ ਅਮਨ ਜੋਸ਼ੀ ਨੂੰ ਬੇਨਤੀ ਆ ਸਟੇਜ ਤੇ ਪਹੁੰਚੇ ਅਮਨ ਜੋਸ਼ੀ ਜੀ।